ਬੀਤੇ ਦਿਨੀ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਹਮਲਾਵਰਾਂ ਦੇ ਵੱਲੋਂ ਕਤਲ ਕਰ ਦਿੱਤੇ ਗਏ ਆਰਐਸਐਸ ਨੇਤਾ ਰਵਿੰਦਰ ਗੋਸਾਈ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਉਨ੍ਹਾਂ ਦੇ ਘਰ ਪਹੁੰਚੇ। ਰਾਜਪਾਲ ਨੂੰ ਲੈ ਕੇ ਪੂਰੇ ਇਲਾਕੇ ਨੂੰ ਪੁਲਿਸ ਛਾਉਣੀ ਦੇ ਵਿਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਚੱਪੇ ਚੱਪੇ ਦੇ ਉੱਤੇ ਪੁਲਿਸ ਤੈਨਾਤ ਸੀ। ਦੂਜੇ ਪਾਸੇ ਜਿੱਥੇ ਰਾਜਪਾਲ ਦੇ ਵੱਲੋਂ ਮੌਜੂਦਾ ਕਾਂਗਰਸ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ, ਉੱਥੇ ਹੀ ਇਸ ਘਟਨਾ ਨੂੰ ਪੰਜਾਬ ਦੇ ਵਿਚ ਮੁੜ ਤੋਂ ਅੱਤਵਾਦ ਦੀ ਦਸਤਕ ਕਰਾਰ ਦਿੱਤਾ। ਮਾਨਯੋਗ ਗਵਰਨਰ ਸਾਹਿਬ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸੀਗੇ ਔਰ ਉਹਨਾਂ ਨੇ ਬੜੇ ਹੀ ਵਿਸਤ੍ਰਿਤ ਵਿੱਚ ਸਾਰੀ ਗੱਲ ਨੂੰ ਸਮਝਿਆ। ਉਹ ਖਾਸ ਕਰਕੇ ਜਿਹੜੀ ਬਹੂ ਸੀ, ਜਿਹੜੀ ਆਈ ਵਿਟਨੈਸ ਸੀਗੀ, ਉਹ ਤੋਂ ਵੀ ਗੱਲ ਸਮਝੀ ਹੈ। ਉਹਨਾਂ ਦੀ ਜਿਹੜੀ ਚਾਚੀ ਹੈ, ਉਹਦੇ ਨਾਲ ਬੱਚੇ ਚਾਚੀ ਹੈ, ਉਹਦੇ ਨਾਲ ਬਹਿ ਕੇ ਵੀ ਗੱਲਬਾਤ ਕੀਤੀ ਹੈ। ਚਾਰੋਂ ਬੱਚਿਆਂ ਨਾਲ ਵੀ ਜਿਹੜਾ ਹੈਗਾ ਹੈ ਡਿਟੇਲ 'ਚ ਗੱਲ ਕੀਤੀ ਹੈ ਔਰ ਸਾਰਾ ਪਰਿਵਾਰਿਕ ਦੀ ਜਿਹੜੀ ਫਾਈਨੈਂਸ਼ੀਅਲ ਸਥਿਤੀ ਹੈ ਉਹਦੀ ਚਰਚਾ ਵੀ ਕੀਤੀ ਹੈ। ਪਰਿਵਾਰ ਕਿਸ ਤਰ੍ਹਾਂ ਹੁਣ ਤੱਕ ਸਟਰਗਲ ਕਰਕੇ ਇੱਥੇ ਤੱਕ ਪਹੁੰਚਿਆ ਔਰ ਗੋਸਾਈ ਸਾਹਿਬ ਦਾ ਕਿਵੇਂ ਸੰਘ ਦੇ ਪ੍ਰਤੀ ਸਮਰਪਣ ਸੀ, ਸਾਰੀ ਚਰਚਾ ਕੀਤੀ ਔਰ ਉਹਨਾਂ ਦੇ ਪਰਿਵਾਰ ਨੇ ਜਿਹੜੀ ਫੋਟੋਆਂ ਦਿਖਾਈਆਂ ਮੋਬਾਈਲ 'ਤੇ, ਉਹਦੇ ਆਧਾਰ 'ਤੇ ਗਵਰਨਰ ਸਾਹਿਬ ਨੇ ਪੁਲਿਸ ਦੇ ਜਿਹੜੇ ਆਪਣੇ ਕਮਿਸ਼ਨਰ ਸਾਹਿਬ ਸੀ ਉਹਨਾਂ ਨਾਲ ਵੀ ਕੁਛ ਟੈਕਨੀਕਲ ਗੱਲਾਂ ਕੀਤੀਆਂ ਵੀ ਅਗਰ ਇੱਕ ਵਿਅਕਤੀ ਦੋ ਹੱਥਾਂ ਨਾਲ ਕਿਵੇਂ ਗੋਲੀ ਚਲਾ ਸਕਦਾ ਹੈ, ਇਹਦੇ ਬਾਰੇ ਕੁਛ ਟੈਕਨੀਕਲ ਇਨਵੈਸਟੀਗੇਸ਼ਨ ਦੇ ਲਈ ਉਹਨੇ ਪੁੱਛੀਆਂ ਔਰ ਸਮਝਣ ਦੀ ਕੋਸ਼ਿਸ਼ ਕੀਤੀਆਂ ਔਰ ਉਹਨਾਂ ਨੇ ਪੁਲਿਸ ਨੂੰ ਵੀ ਕਿਹਾ ਵੀ ਜਦ ਤੱਕ NIA ਆ ਕੇ ਟੇਕ ਓਵਰ ਨਹੀਂ ਕਰ ਲੈਂਦੀ ਤਦ ਤੱਕ ਜਿੰਨੀ ਇਨਵੈਸਟੀਗੇਸ਼ਨ ਤੁਸੀਂ ਫਾਸਟ ਕਰ ਸਕਦੇ ਹੋ ਕਰੋ ਔਰ ਦੇ ਸ਼ੁੱਡ ਲੀਵ ਨੋ ਸਟੋਨ ਅਨਟਰਨਡ ਔਰ ਪੁਲਿਸ ਨੇ ਵੀ ਆਸ਼ਵਾਸਨ ਦਿੱਤਾ। ਬਾਕੀ ਪਰਿਵਾਰ ਨੂੰ ਗਵਰਨਰ ਸਾਹਿਬ ਨੇ ਕਿਹਾ ਕਿ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ, ਉਹਨਾਂ ਦੇ ਜਿਹੜੇ ਪਿਤਾ ਜੀ ਉਹਨਾਂ ਦੇ ਭਰਾ ਜਿਹੜੇ ਸ਼ਹੀਦ ਹੋਏ ਹੈ ਔਰ ਮੈਂ ਵੀ ਨਾਲ ਖੜ੍ਹਾ, ਸਰਕਾਰ ਵੀ ਨਾਲ ਖੜ੍ਹੀ ਹੈ, ਕੋਈ ਵੀ ਜ਼ਰੂਰਤ ਹੋਏਗੀ ਸਾਨੂੰ ਯਾਦ ਕਰਨਾ। ਜੋਸ਼ੀ ਸਾਹਿਬ, ਲਗਾਤਾਰ ਹਮਲੇ ਮਿਲ ਰਹੇ ਨੇ, ਜਦੋਂ ਤੁਸੀਂ ਸਰਕਾਰ ਸੀ ਤੁਹਾਡੀ, ਉਸ ਤੋਂ ਪਹਿਲਾਂ ਕਾਂਗਰਸ ਹਮਲਾ ਕਰ ਦਿੰਦੀ ਸੀ, ਹੁਣ ਕਾਂਗਰਸ 'ਤੇ ਤੁਸੀਂ ਹਮਲਾ ਕਰ ਰਹੇ ਹੋ, ਸਰਕਾਰ ਤੁਹਾਡੇ ਵੱਲੋਂ ਹਮਲੇ ਕੀਤੇ ਜਾਂਦੇ ਨੇ ਕੀ? ਅਸੀਂ ਕਾਂਗਰਸ ਉੱਪਰ ਕੋਈ ਵੀ ਹਮਲਾ ਨਹੀਂ ਕੀਤਾ ਔਰ ਅਸੀਂ ਸਰ ਬਿਆਨਬਾਜ਼ੀ ਚੱਲਦੀਆਂ ਲਗਾਤਾਰ, ਪਹਿਲਾਂ ਤੁਹਾਡੇ ਵੱਲੋਂ ਬਿਆਨਬਾਜ਼ੀ ਚੱਲਦੀ ਸੀ, ਹੁਣ ਮੇਰੀ ਬੇਨਤੀ ਹੈ, ਅਸੀਂ ਕੋਈ ਵੀ ਜਿਹੜਾ ਹੈ ਕਾਂਗਰਸ ਉੱਪਰ ਹਮਲਾ ਨਹੀਂ ਕੀਤਾ। ਸਿਰਫ ਇੰਨੀ ਚਿੰਤਾ ਜਤਾਈ ਹੈ ਕਿ ਜਦ ਪਹਿਲੇ ਉਗਰਵਾਦ ਦਾ ਦੌਰ ਪੰਜਾਬ 'ਚ ਆਇਆ ਸੀਗਾ ਤਦ ਵੀ ਕਾਂਗਰਸ ਸਰਕਾਰ ਸੀਗੀ ਔਰ ਹੁਣ ਪੁਣ ਉਸ ਤਰਫ ਦੀ ਤਰਫ ਵੱਧਦੇ ਕਦਮ ਦਿਖਦੇ ਪਏ ਹੈ ਤਾਂ ਵੀ ਕਾਂਗਰਸ ਸਰਕਾਰ ਹੈ। ਅਸੀਂ ਕਾਂਗਰਸ ਨੂੰ ਇੰਨਾ ਹੀ ਕਿਹਾ ਹੈ ਕਿ ਥੋੜ੍ਹਾ ਅਲਰਟ ਹੋ ਜਾਓ, ਚਿਤਾਇਆ ਕਿ ਵੀ ਤੁਸੀਂ ਅਲਰਟ ਰਹੋ ਤਾਂ ਕਿ ਕਿਤੇ ਉਹ ਚੀਜ਼ਾਂ ਦੁਆਰਾ ਨਾ ਆ ਜਾਣ। ਸਰ ਖਹਿਰਾ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਉਸ ਵੇਲੇ ਕਿ ਆਰਐਸਐਸ ਜਿਹੜੇ ਪਾਦਰੀ ਸਾਹਿਬ 'ਤੇ ਹਮਲਾ ਸੀ ਉਹ ਆਰਐਸਐਸ ਨੇ ਕਰਾਇਆ ਸੀ, ਪਰ ਹੁਣ ਆਰਐਸਐਸ ਦੇ ਹਮਲੇ? ਖਹਿਰਾ ਸਾਹਿਬ ਨੂੰ ਇੱਕ ਮੈਂ ਨੌਨ ਸੀਰੀਅਸ ਪੋਲੀਟੀਸ਼ੀਅਨ ਸਮਝਦਾ, ਨਿਊਜ਼ ਹੈਡਲਾਈਨ ਨੂੰ ਗ੍ਰੈਬ ਕਰਨ ਵਾਲਾ ਪੋਲੀਟੀਸ਼ੀਅਨ ਸਮਝਦਾ ਔਰ ਖਹਿਰਾ ਸਾਹਿਬ ਨੂੰ ਅਸੀਂ ਤਦ ਲੀਗਲ ਨੋਟਿਸ ਵੀ ਸਰਵ ਕੀਤਾ ਸੀ, ਆਰਐਸਐਸ ਵੱਲੋਂ ਵੀ ਹੋਇਆ ਸੀਗਾ, ਹੁਣ ਤੱਕ ਉਹਨਾਂ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ ਹੈ। ਸਰ ਪਹਿਲੇ ਵੀ ਮਾਮਲੇ ਹੋਏ ਤੇ ਇਹ ਵੀ ਹੋਇਆ ਕਿ ਜਾਂਚ ਕਿੱਥੇ ਤੱਕ ਪਹੁੰਚੀ ਤੁਹਾਨੂੰ ਲੱਗ ਰਿਹਾ? ਪਹਿਲੇ ਕੇਸ ਨਾਲੋਂ ਇਹ ਕੇਸ ਕਿਤੇ ਖੜਾ ਕਿ NIA ਨੂੰ ਪਹਿਲੀ ਵਾਰੀ ਦਿੱਤਾ? ਸਾਰਿਆਂ ਦਾ ਪੈਟਰਨ ਇੱਕ ਲੱਗਦਾ, ਚਾਹੇ ਉਹ ਗਗਨੇਜਾ ਜੀ ਤੋਂ ਸ਼ੁਰੂ ਕਰੋ, ਮਾਤਾ ਚੰਦ ਕੌਰ ਹੋਏ, ਚਾਹੇ ਸਾਡੇ ਪ੍ਰੀਸਟ ਹੋਣ, ਚਾਹੇ ਗੁਸਾਈ ਜੀ ਹੈ ਔਰ ਚਾਹੇ ਉਹਦੇ ਵਿੱਚ ਕੁਛ ਪ੍ਰੇਮੀਆਂ ਦੇ ਉੱਪਰ ਵੀ ਅਟੈਕ ਹੋਇਆ ਸੀਗਾ, ਸਾਰਿਆਂ ਦਾ ਪੈਟਰਨ ਇੱਕ ਲੱਗਦਾ। ਇਨਵੈਸਟੀਗੇਟਿੰਗ ਏਜੰਸੀਆਂ ਦਾ ਕੰਮ ਹੈ, ਉਮੀਦ ਕਰਦੇ ਹਾਂ ਕਿ ਜਲਦੀ ਫੜੇ ਜਾਣਗੇ। ਨਹੀਂ, ਇਹ ਕਹਿਣਾ ਗਲਤ ਹੋਏਗਾ, ਏਜੰਸੀਆਂ ਫੇਲ ਹੋ ਰਹੀਆਂ, ਪਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੂੰਗਾ ਕਿ ਇਹ ਸਾਡੇ ਵਾਗੇ ਬਹੁਤ ਵੱਡਾ ਕੁਐਸਚਨ ਹੈ ਕਿ ਉਹ ਤਾਕਤਾਂ ਜਿਨ੍ਹਾਂ ਨੇ ਬਹੁਤ ਪਹਿਲੇ ਕਾਂਗਰਸ ਟਾਈਮ 'ਚ ਸਿਰ ਚੱਕਿਆ ਸੀਗਾ ਔਰ ਕਾਲਾ ਦੌਰ ਆਇਆ ਸੀ, ਉਹ ਹੁਣ ਦੁਬਾਰਾ ਚੱਕਦੀਆਂ ਦਿਖ ਰਹੀਆਂ ਹੈ। ਇਹਨਾਂ ਜਿਹੜੇ ਅਰਲੀ ਸਾਇੰਸ ਨੂੰ ਕੈਪਟਨ ਸਾਹਿਬ ਪਛਾਣਨ ਔਰ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ। ਧੰਨਵਾਦ। ਲੁਧਿਆਣਾ ਤੋਂ ਸੰਜੇ ਸੈਣੀ ਦੀ ਰਿਪੋਰਟ, ਜਗਤ ਸੇਵਕ, ਵੈਬ TV।